7 ਸਾਲ ਦੇ ਬੱਚੇ ਦੀ ਮਿਲੀ ਲਾਸ਼, ਸਰੀਰ ਤੇ ਲੱਗੀਆਂ ਨੇ ਡੂੰਘੀਆਂ ਸੱਟਾਂ, ਬੱਚੇ ਦੀ ਮਾਂ ਹਾਲੇ ਵੀ ਲਾਪਤਾ, ਪਰਿਵਾਰ ਨੇ ਕਤਲ ਦੇ ਲਗਾਏ ਇਲਜ਼ਾਮ। ਤਾਂ ਦੱਸ ਦਈਏ ਕਿ ਇੱਕ ਡਰੇਨ ਦੇ ਕੋਲ 7 ਸਾਲ ਦੇ ਇਸ ਮਾਸੂਮ ਬੱਚੇ ਦੀ ਲਾਸ਼ ਮਿਲੀ ਹੈ, ਜਿਸ ਨੇ ਪੂਰੇ ਪਿੰਡ ਨੂੰ ਹਿਲਾ ਕੇ ਰੱਖ ਦਿੱਤਾ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ, ਕਿਉਂਕਿ ਇਸ ਦੇ ਸਰੀਰ ਤੇ ਡੂੰਘੀਆਂ ਸੱਟਾਂ ਵੱਜੀਆਂ ਹੋਈਆਂ ਨੇ ਤੇ ਪਰਿਵਾਰ ਨੇ ਇਸ ਨੂੰ ਮਾਰ ਕੇ ਸੁੱਟਣ ਦੇ ਇਲਜ਼ਾਮ ਲਗਾਏ ਨੇ। ਤਾਂ ਬੱਚੇ ਦਾ ਨਾਮ ਸੁਖਮਨ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਬੱਚੇ ਦੀ ਮਾਂ ਹਾਲੇ ਵੀ ਲਾਪਤਾ ਚੱਲ ਰਹੀ ਹੈ ਤੇ ਉਸ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਪੂਰਾ ਮਾਮਲਾ ਮੋਗਾ ਦੇ ਨਿਹਾਲ ਸਿੰਘ ਵਾਲੇ ਤੋਂ ਸਾਹਮਣੇ ਆਇਆ, ਜਿੱਥੇ ਇਸ ਬੱਚੇ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ। ਪਰ ਇਹ ਬੱਚਾ ਆਪਣੀ ਮਾਂ ਦੇ ਨਾਲ ਰਹਿੰਦਾ ਸੀ। ਤਾਂ 2 ਮਹੀਨੇ ਪਹਿਲਾਂ ਇਸ ਦੀ ਮਾਂ ਇਸ ਨੂੰ ਲੈ ਕੇ ਚਲੀ ਗਈ ਸੀ। ਤਾਂ ਹੁਣ ਪਿੰਡ ਦੀ ਨਹਿਰ ਦੇ ਕੋਲ ਇਸ ਬੱਚੇ ਦੀ ਲਾਸ਼ ਮਿਲੀ ਹੈ, ਜਿਸ ਨੇ ਕਿ ਸਭ ਨੂੰ ਹਿਲਾ ਕੇ ਰੱਖ ਦਿੱਤਾ। ਤਾਂ ਇਸ ਬੱਚੇ ਦੇ ਨਾਨਕੇ ਪਰਿਵਾਰ ਦੇ ਵੱਲੋਂ ਕਤਲ ਦੇ ਇਲਜ਼ਾਮ ਲਗਾਏ ਗਏ ਨੇ ਕਿ ਇਸ ਨੂੰ ਮਾਰ ਕੇ ਸੁੱਟਿਆ ਗਿਆ, ਕਿਉਂਕਿ ਇਸ ਦੇ ਸਰੀਰ ਤੇ ਡੂੰਘੀਆਂ ਸੱਟਾਂ ਵੱਜੀਆਂ ਹੋਈਆਂ ਨੇ। ਪਰ ਫਿਲਹਾਲ ਹਾਲੇ ਤੱਕ ਇਸ ਦੀ ਮਾਂ ਹੈ ਜਿਹੜੀ, ਉਹ ਲਾਪਤਾ ਚੱਲ ਰਹੀ ਹੈ ਤੇ ਪੁਲਿਸ ਦੇ ਵੱਲੋਂ ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਸ ਬੱਚੇ ਦਾ ਸੱਚਮੁੱਚ ਕਤਲ ਹੋਇਆ ਹੈ ਜਾਂ ਫਿਰ ਗੱਲ ਕੋਈ ਹੋਰ ਹੈ। ਇਸ ਦਾ ਖੁਲਾਸਾ ਉਸ ਸਮੇਂ ਹੀ ਹੋ ਪਾਵੇਗਾ ਜਦ ਇਸ ਦੀ ਮਾਂ ਮਿਲੇਗੀ। ਤਾਂ ਪੁਲਿਸ ਦੇ ਵੱਲੋਂ ਲਗਾਤਾਰ ਇਸ ਬੱਚੇ ਦੀ ਮਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਾਂ 7 ਸਾਲ ਦਾ ਇਹ ਮਾਸੂਮ ਵੇਖ ਲਓ, ਇਸ ਦੇ ਸਰੀਰ ਤੇ ਡੂੰਘੀਆਂ ਸੱਟਾਂ ਲੱਗੀਆਂ ਨੇ ਤੇ ਨਹਿਰ ਕਿਨਾਰੇ ਇਸ ਦੀ ਲਾਸ਼ ਮਿਲੀ ਹੈ। ਮੌਤ ਦੀ ਸਾਨੂੰ ਸੁਬਾ ਫੋਨ ਗਿਆ ਜੀ, ਇਹ ਮੇਰਾ ਭਤੀਜਾ, ਇਹਨਾਂ ਨੂੰ ਫੋਨ ਲਾਇਆ ਸੁਬਾ, ਇਹਨਾਂ ਨੇ, ਉਹਨਾਂ ਤੋਂ ਪਤਾ ਲੱਗਾ ਸਾਨੂੰ। ਅਤੇ ਅਸੀਂ ਕੋਈ 10-11 ਵਜੇ ਆ ਕੇ ਦੇਖਿਆ, ਯਾਨੀ ਬਾਕੀ ਸਾਨੂੰ ਪੂਰੀ ਕਾਰਵਾਈ ਦਾ ਤਾਂ ਹੁਣ ਪਿੰਡ ਵਾਲਿਆਂ ਨੂੰ ਪਤਾ ਹੈ ਵੀ ਕਿਸ ਤਰ੍ਹਾਂ ਹੈ। ਅਤੇ ਦੱਸਣ ਮੁਤਾਬਕ ਜਿਹੜਾ ਹੈ ਕਿ ਬੱਚੇ ਨੂੰ ਜਿਹੜਾ ਮਾਰਿਆ ਗਿਆ ਹੈ, ਠੀਕ ਹੈ, ਹੁਣ ਅਸੀਂ ਤਾਂ ਹਾਲੇ ਤੱਕ ਬੱਚੇ ਨੂੰ ਦੇਖਿਆ ਨਹੀਂ ਗਿਆ ਵੀ ਕੀ ਉਹਦੀ ਕੰਡੀਸ਼ਨ ਹੈ, ਕੀ ਹੈ। ਕਿੱਥੋਂ ਲਾਸ਼ ਮਿਲੀ ਹੈ? ਲਾਸ਼ ਇਹ ਮਿਲੀ ਆ ਇਹਨਾਂ ਦੇ ਖੇਤਾਂ 'ਚੋਂ, ਕੱਸੀ ਦੇ ਉੱਤੋਂ ਮਿਲੀ ਹੈ ਜੀ। ਸੱਟਾਂ ਦੇ ਨਿਸ਼ਾਨ ਵੀ ਹੈਗੇ ਬੱਚੇ? ਸੱਟਾਂ ਦੇ ਨਿਸ਼ਾਨ ਹੈਗੇ, ਉਹਦੇ ਲੱਤ ਦੇ ਬਾਹਰਲੇ ਪਾਸੇ ਰਗੜ ਦਾ ਨਿਸ਼ਾਨ ਆ, ਇੱਕ ਕਾਫੀ ਡੂੰਘਾ ਨਿਸ਼ਾਨ ਜਿਹਨਾਂ ਅੰਗੂਠੇ ਜਿੰਨਾ ਆਪਣਾ ਨਿਸ਼ਾਨ ਡੂੰਘਾ ਹੈ। ਅਤੇ ਸਮਝਦੇ ਕਿਉਂ ਮਾਰਿਆ ਗਿਆ ਹੋਊਗਾ? ਇਹ ਤਾਂ ਹੁਣ ਜੀ ਜਿੰਨਾ ਚਿਰ ਬੱਚੇ ਦੀ ਮਾਂ ਨਹੀਂ ਮਿਲਦੀ ਗੀ ਉਨਾ ਚਿਰ ਅਸੀਂ ਕੁਛ ਕਹਿ ਨਹੀਂ ਸਕਦੇ ਗੇ। ਬੱਚੇ ਦੀ ਮਾਂ ਮਿਲੂਗੀ ਤਾਂ ਉਹਦੇ ਤੋਂ ਪਤਾ ਲੱਗੂਗਾ, ਜਾਂ ਜਿਹਨੇ ਕਿਸੇ ਨੇ ਦੇਖਿਆ ਉਸ ਤੋਂ ਪਤਾ ਲੱਗੂਗਾ। ਦੋਨੋਂ ਮਾਂ ਬੇਟਾ ਇਕੱਠੇ ਰਹਿੰਦੇ ਸੀਗੇ? ਮਾਂ ਬੇਟਾ ਦੋਨੇ ਇਕੱਠੇ ਰਹਿੰਦੇ ਸੀਗੇ ਲੁਹਾਰੇ ਪਿੰਡ। ਕਿੰਨੀ ਉਮਰ ਕਿੰਨੀ ਹੈ ਬੱਚੇ ਦੀ? ਬੱਚੇ ਦੀ ਉਮਰ 7 ਸਾਲ ਉਮਰ ਹੈ ਜੀ। ਕੀ ਮੰਗ ਕੀ ਕਰਦੇ ਹੋ? ਮੰਗ ਅਸੀਂ ਇਹੀ ਕਰਦੇ ਹਾਂ ਵੀ ਜਿਹੜਾ ਇਨਸਾਫ ਮਿਲਣਾ ਚਾਹੀਦਾ, ਜਿਹੜੇ ਦੋਸ਼ੀਆਂ ਨੇ ਇਹ ਕੰਮ ਕੀਤਾ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਠੀਕ ਹੈ, ਅਤੇ ਇਸ ਮਾਂ ਨੂੰ ਇਨਸਾਫ ਮਿਲਣਾ ਚਾਹੀਦਾ। ਬਾਕੀ ਜਿੰਨਾ ਚਿਰ ਹਾਲੇ ਮਾਂ ਨਹੀਂ ਮਿਲੇਗੀ, ਮਾਂ ਲਾਪਤਾ ਹੈ, ਪਤਾ ਨਹੀਂ ਸਾਨੂੰ ਉਹਦੇ ਬਾਰੇ, ਉਹ ਅਸੀਂ ਪ੍ਰਸ਼ਾਸਨ ਨੂੰ ਵੀ ਕਹਿੰਦੇ ਹਾਂ ਵੀ ਉਹਦੀ ਜਲਦੀ ਜਿਹੜੀ ਆ ਬਣਦੀ ਕਾਰਵਾਈ ਉਹ ਹੋਣੀ ਚਾਹੀਦੀ ਆ। ਕਦੋਂ ਦੀ ਲਾਪਤਾ? ਇਹ ਦੱਸਣ ਮੁਤਾਬਕ ਮੁਲਾਜ਼ਮਾਂ ਤੋਂ ਸਾਨੂੰ ਪਤਾ ਲੱਗਾ ਕਿ ਪਰਸੋਂ ਕਹਿ ਰਹੇ ਸੀਗੇ, ਕਹਿੰਦੇ ਕਿ ਕਣਕ ਲੈਣ ਵਾਸਤੇ ਪਿੰਡ ਆਈ ਸੀਗੀ ਇਕੱਲੀ, ਹੁਣ ਉਹਦਾ ਅਲੱਗ ਅਲੱਗ ਬਿਆਨ ਆ ਜੀ। ਅਤੇ ਉਹਨਾਂ ਮੁਲਾਜ਼ਮਾਂ ਤੋਂ ਸਾਨੂੰ ਪਤਾ ਲੱਗਾ ਕਿ ਪਰਸੋਂ ਇਹ ਲੁਹਾਰੇ ਪਿੰਡ ਆਈ ਸੀਗੀ, ਉਸ ਤੋਂ ਬਾਅਦ ਦਾ ਨਹੀਂ ਪਤਾ ਗਾ, 3 ਦਿਨ ਕਹਿ ਰਹੇ ਆ। ਸ਼ੱਕ ਸੁਭਾਅ ਹੈ ਤੁਹਾਨੂੰ ਕਿਸੇ? ਸ਼ੱਕ ਸੁਭਾਅ ਤਾਂ ਹੁਣ ਇਹਨਾਂ ਨੇ ਜਿਹੜਾ ਜਾਣਕਾਰੀ ਲਈ ਆ ਮੁਲਾਜ਼ਮਾਂ ਨੇ, ਇਹਨਾਂ ਨੂੰ ਪਤਾ ਲੱਗ ਗਿਆ, ਵੈਸੇ ਉਹ ਇਹਨਾਂ ਨੂੰ ਪਤਾ ਵੀ ਕਿਹੜੇ ਕਿਹੜੇ ਬੰਦੇ ਆ, ਠੀਕ ਹੈ, ਉਹ 2-3 ਬੰਦਿਆਂ ਦਾ ਉਹ ਨਾਂ ਲਏ, ਅਸੀਂ ਨਾਂ ਨਹੀਂ ਲੈ ਰਹੇ ਗੇ, ਮੁਲਾਜ਼ਮਾਂ ਨੂੰ ਪਤਾ। ਕਾਰਨ ਪਤਾ ਲੱਗਿਆ ਕਿਉਂ ਮਾਰਿਆ? ਕਾਰਨ ਤਾਂ ਹੁਣ ਕੋਈ ਪਤਾ ਨਹੀਂ ਇਹਦਾ ਜੀ, ਕੀ ਕਾਰਨ ਹੈ। ਇਹ ਮਾਂ ਪੋਤੀ ਪਿੰਡ ਰਹਿੰਦੇ ਸੀ ਪਹਿਲਾਂ ਇੱਥੇ, ਪਰ ਹੁਣ ਇਹਨੂੰ 2 ਮਹੀਨੇ ਹੋ ਗਏ ਪਿੰਡ ਦੇ ਵਿੱਚੋਂ ਇਹ ਚਲੇ ਗਏ ਸੀਗੇ ਅਤੇ ਹੋਰ ਰਹਿੰਦੇ ਸੀਗੇ। ਅਤੇ ਕੁਛ ਸਮਾਂ ਇਹ ਪਹਿਲਾਂ ਆਈ ਸੀਗੀ, ਕੱਲੂਈ ਆਈ ਸੀਗੀ ਪਹਿਲਾਂ, ਉਦੋਂ ਵੀ ਬੱਚਾ ਇਹਦੇ ਨਾਲ ਨਹੀਂ ਸੀ। ਕੱਲ੍ਹ ਇਹ 9:30 ਵੀ ਸਾਡੇ ਪਿੰਡ ਦੇ ਇੱਕ ਸੂਆ ਗਾ, ਉੱਥੇ ਇਸ ਬੱਚੇ ਦੀ ਲਾਸ਼ ਕੋਈ ਸੈੱਟ ਗਿਆ, ਉਸ ਤੋਂ ਪਤਾ ਲੱਗਿਆ ਵੀ ਇਹ ਸਾਡੇ ਪਿੰਡ ਦੇ ਆ, ਕੋਈ ਜ਼ਿਮੀਂਦਾਰ ਸੀਗਾ ਮੁੰਡਾ, ਉਹਨੇ ਸਾਨੂੰ ਫੋਨ ਕੀਤਾ, ਫਿਰ ਅਸੀਂ ਚੌਂਕੀ ਨੂੰ
ਫੋਨ ਲਾਇਆ, ਮੁਲਾਜ਼ਮ ਆਏ ਅਤੇ ਬਾਕੀ ਕਾਰਵਾਈ। ਕਿੰਨੀ ਉਮਰ ਬੱਚੇ ਦੀ? ਨਾਮ ਕੀ? ਬੱਚੇ ਦਾ ਨਾਮ ਸੁਖਮਨ ਸਿੰਘ ਹੈ ਜੀ, ਉਮਰ ਹੋਊਗੀ ਤਕਰੀਬਨ 7 ਸਾਲ। ਕਿਵੇਂ ਮੌਤ ਹੋਈ ਹੈ ਕੁਛ ਪਤਾ ਲੱਗਿਆ? ਨਹੀਂ ਜੀ, ਹਜੇ ਕੋਈ ਪਤਾ ਨਹੀਂ। ਅਤੇ ਬੱਚੇ ਦੀ ਮਾਤਾ ਦਾ ਕੁਛ ਪਤਾ ਲੱਗਿਆ? ਨਹੀਂ ਜੀ, ਕਿਸੇ ਦਾ ਪਤਾ ਨਹੀਂ। ਉਹਨਾਂ ਦੇ ਫੋਨ ਨੰਬਰ ਬਣਦਾ ਰਹੇ। ਕੀ ਸਮਝਦੇ ਕਿਵੇਂ ਮੌਤ ਹੋਈ ਹੈ? ਪੁੱਛਿਆ ਨਹੀਂ ਜੀ, ਹਜੇ ਕੋਈ ਪਤਾ ਨਹੀਂ। ਇੱਕ ਬੱਚਾ 7 ਸਾਲ ਦਾ, ਜੋ ਪਿੰਡ ਲਵਾਰਾ ਸੂਏ ਦੀ ਪਟੜੀ ਕੋਲੋਂ ਲਾਸ਼ ਮਿਲੀ ਉਸਦੀ, ਉਸ ਸੰਬੰਧੀ ਅਸੀਂ 194 BNSS ਦੀ ਕਾਰਵਾਈ ਅਮਲ ਵਿੱਚ ਲਿਆਂਦੀ ਹੈ, ਜਿਸ 'ਤੇ ਪੋਸਟਮਾਰਟਮ ਰਿਪੋਰਟ ਆਉਣ 'ਤੇ ਜੈਸੀ ਸੂਰਤ ਹੋਵੇਗੀ ਵੈਸੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜੋ ਬੱਚੇ ਦੀ ਮਾਤਾ, ਉਸਦਾ ਵੀ ਅਜੇ ਪਤਾ ਨਹੀਂ ਲੱਗ ਰਿਹਾ, ਉਹਦੀ ਤਲਾਸ਼ ਜਾਰੀ ਹੈ। ਜੈਸੀ ਵੀ ਸੂਰਤ ਹੋਵੇਗੀ ਵੈਸੀ ਕਾਰਵਾਈ ਵਾਧਾ ਜ਼ਰੂਰ। ਕੀ ਲੱਗ ਕੀ ਰਿਹਾ ਜੀ, ਬੱਚੇ ਦੀ ਮੌਤ ਕਿਵੇਂ ਹੋਈ? ਅਜੇ ਤਾਂ ਉਸ ਬਾਰੇ ਅਸੀਂ ਕਹਿ ਨਹੀਂ ਸਕਦੇ, ਪੋਸਟਮਾਰਟਮ ਤੋਂ ਬਾਅਦ ਜੈਸੀ ਵੀ ਸੂਰਤ ਹੋਵੇਗੀ ਵੈਸੀ ਕਾਰਵਾਈ ਅਮਲ ਵਿੱਚ ਲਿਆਂਦੀ। ਬੱਚੇ ਦੇ ਨਾਮ ਕੀ ਹੈ ਅਤੇ ਉਮਰ ਕਿੰਨੀ? ਬੱਚੇ ਦਾ ਨਾਂ ਸੁਖਮਨ, ਸਨ ਆਫ ਲੇਟ ਸ਼੍ਰੀ ਬਲਦੇਵ ਸਿੰਘ, ਵਾਸੀ ਲੁਹਾਰਾ। ਇਹ ਬੱਚਾ ਰਹਿੰਦਾ ਕਿਹਦੇ ਨਾਲ ਸੀ? ਇਹ ਬੱਚਾ ਆਪ ਜੀ ਮਾਂ ਨਾਲ ਰਹਿੰਦਾ ਸੀ।